वाहेगुरु जी का खालसा, वाहेगुरु जी की फतेह। खालसा एक्सप्रैस वायर वेखण वाले सारे दर्शकों का मैं रणदीप सिंह तहे दिलों स्वागत करदा। दर्शकों, तुहानू दस दईए कि खालसा एक्सप्रैस लाइव का एको एक मकसद सिखी सिद्धांत नाल जुड़ी हर वो चीज़ तुहाडे सामने लैके आउंदे आ जो सिखी सिद्धांत नाल जुड़े हुए ने। सिखी सिद्धांत इतिहास, सिखी सिद्धांत दीआं कुछ गल्लां, कुछ विचार। तो अज असीं पुजे हुए हाँ सैक्टर 14 आनंद नगर दे विच, जिथे सब तो बेसिक यानी कि पंजाबी माँ बोली गुरबाणी की क्लासा लगदिया ने। 25% जी घगे उस तरह ही होती है, मतलब ये जड़िया चीज़ा ने यह गुरबाणी वरतिया जाए। गुरबाणी की क्लासा लगनियाँ क्यों जरूरी ने, असी अज खास गलबात करांगे अपने खास मेहमान के नाल। तो सब तो पहले असी विचार करा दीए कि ज्ञानी स्वागत करते हैं ज्ञानी सुखचैन सिंह जी का दमदमी टकसाल तो, ते विद्यालय का नाम भी तुहानू दस दिए दमदमी टकसाल विद्यालय J&K गुरबाणी पुरातन ग्रंथ। तो उस तो अलावा पुरातन ग्रंथ की जिहड़ी असी विचारधारे करांगे, लेकिन नाल तुहानू दस दिए कि 35 अखरी जिहड़ी हर घर दे विच बहुत घटदी जा रही है, लेकिन गुरु घर दे जिहड़े सिंह सेवक ने वो क्लासां ला के बच्चों नू पढ़ाउंदे ने। तो आओ सब तो पहले असी स्वागत करते हैं ज्ञानी जी का सुखचैन सिंह जी का। ਵੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ 35 ਅਖਰੀ ਦੀ ਅਗਰ ਗੱਲ ਕਰੀਏ, ਸ਼ੁਰੂਆਤ ਕਰੀਏ, ਤੇ ਕਈ ਘਰਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵੀ ਵੇਖੀਏ ਤਾਂ ਬਹੁਤ ਘੱਟ ਨਜ਼ਰ ਆ ਰਹੀ ਹੈ, ਬਹੁਤ ਘੱਟ ਨਜ਼ਰ ਮਿਲ ਰਹੀ ਹੈ, ਕਿਉਂਕਿ ਅਸੀਂ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲ ਬੈਠੇ ਹਾਂ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਇਹਦੇ ਬਾਰੇ ਇਦਾਂ ਵਾ ਜੀ, ਜਦੋਂ ਆਪਾਂ ਕਿਸੇ ਵੀ ਧਰਮ ਦੇ ਨਾਲ ਇੱਕ ਖਿੱਤੇ ਦੇ ਨਾਲ ਜਦੋਂ ਜੁੜੇ ਹੁੰਦੇ ਹਾਂ ਤੇ ਉਸ ਵੇਲੇ ਸਭ ਤੋਂ ਜ਼ਰੂਰੀ ਇਹ ਹੁੰਦਾ ਕਿ ਸਾਨੂੰ ਉਸ ਧਰਮ ਦੀ ਜਿਹੜੀ ਭਾਸ਼ਾ ਵਾ ਉਸ ਦਾ ਜਿਹੜਾ ਗਿਆਨ ਆ ਉਹ ਹੋਣਾ ਬਹੁਤ ਜ਼ਰੂਰੀ ਆ। ਜਿਵੇਂ ਅਸੀਂ ਬਾਈਬਲ ਦਾ ਵਿਚਾਰ ਵੇਖ ਲੈਂਦੇ ਹਾਂ ਕਿ ਕਿਸੇ ਮਨੁੱਖ ਨੇ ਬਾਈਬਲ ਪੜ੍ਹਨੀ ਹੋਵੇ ਤਾਂ ਉਸ ਲਈ ਉਹਨੂੰ ਇੰਗਲਿਸ਼ ਦਾ ਆਉਣਾ ਬਹੁਤ ਜ਼ਰੂਰੀ ਆ, ਚਾਹੇ ਉਹਦਾ ਟ੍ਰਾਂਸਲੇਟ ਕੀਤਾ ਹੋਇਆ ਪੰਜਾਬੀ ਹਿੰਦੀ ਵਿੱਚ ਸਾਨੂੰ ਮਿਲ ਜਾਂਦਾ। ਅਤੇ ਦੂਸਰਾ, ਜਿਵੇਂ ਆਪਾਂ ਬੌਧ ਧਰਮ ਦੇ ਗ੍ਰੰਥ ਦੇਖਦੇ ਹਾਂ, ਬੌਧ ਧਰਮ ਦੇ, ਅਤੇ ਜੇ ਆਪਾਂ ਉਹਨਾਂ ਨੂੰ ਪੜ੍ਹਨਾ ਤਾਂ ਸਾਨੂੰ ਪਾਲੀ ਭਾਸ਼ਾ ਸਿੱਖਣੀ ਪਊਗੀ। ਉਸੇ ਤਰ੍ਹਾਂ ਜੇ ਅਸੀਂ ਗੁਰਬਾਣੀ ਦੇ ਬਾਰੇ ਜਾਂ ਗੁਰ ਇਤਿਹਾਸ, ਸਿੱਖ ਇਤਿਹਾਸ ਬਾਰੇ ਪੜ੍ਹਨਾ ਚਾਹੁੰਦੇ ਹਾਂ ਤਾਂ ਸਾਨੂੰ ਪੰਜਾਬੀ ਦਾ, ਗੁਰਮੁਖੀ ਦਾ ਆਉਣਾ ਬਹੁਤ ਜ਼ਰੂਰੀ ਆ। ਅਤੇ ਉਸ ਤੋਂ ਵੱਧ ਜ਼ਰੂਰੀ ਇਹ ਆ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਹੋਈ ਆ, ਇਸ ਤੋਂ ਬਿਨਾਂ ਜਿਹੜਾ ਸਿੱਖ ਆ ਔਰ ਸਿੱਖ ਦਾ ਜਿਹੜਾ ਜੀਵਨ ਉਹ ਅਧੂਰਾ ਹੀ ਹੈ। ਬਿਲਕੁਲ ਜੀ। ਵੀਰ ਜੀ, ਮਗਰ ਕਈ ਜਗ੍ਹਾ 'ਤੇ ਵੇਖਣ ਨੂੰ ਨਾ ਇਹ ਬੜੀ ਚੀਜ਼ ਮਿਲਦੀ ਹੈ ਅਤੇ ਬੜੀ ਮਤਲਬ ਹੈਰਾਨਗੀ ਵੀ ਆਉਂਦੀ ਹੈ ਕਿ ਕਹਿੰਦੇ ਕਿ ਨਹੀਂ ਹੁਣ ਜੀ ਚਲੋ ਅਗਰ ਸਾਡੇ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ, ਸਾਨੂੰ ਸਿਖਾਉਣ ਵਾਲਾ ਕੋਈ ਨਹੀਂ, ਚਲੋ ਸਾਡੇ ਬਜ਼ੁਰਗ ਸਨ 35 ਅਖਰੀ ਊੜਾ ਆੜਾ ਸਾਨੂੰ ਸਿਖਾਉਂਦੇ ਸਨ, ਲੇਕਿਨ ਕਹਿੰਦੇ ਹੁਣ ਜੀ ਕਾਫੀ ਸਾਰੀ ਭਾਸ਼ਾ ਦੇ ਵਿੱਚ ਪੰਜਾਬੀ ਆ ਗਈ ਅਤੇ ਹਿੰਦੀ ਅਸੀਂ ਪੜ੍ਹ ਸਕਦੇ, ਇਹਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ? ਹਾਂਜੀ, ਇਹਦੇ ਲਈ ਇੱਦਾਂ ਕਿ ਜਿਵੇਂ ਹਰ ਇੱਕ ਗੁਰਸਿੱਖ ਵੀਰ ਹੀ ਹੋਵੇ ਜਾਂ ਆਮ ਜਿਹੜੇ ਪੜ੍ਹੇ ਲਿਖੇ ਗੁਰਸਿੱਖ ਨੇ ਉਹ ਆਮ ਕਰਕੇ ਇੰਗਲਿਸ਼ ਬੋਲ ਕੇ ਜਾਂ ਸ਼ਹਿਰਾਂ ਦੇ ਵਿੱਚ ਹਿੰਦੀ ਬੋਲ ਕੇ ਮਾਣ ਮਹਿਸੂਸ ਕਰਦੇ ਨੇ, ਪਰ ਅਸਲ ਦੇ ਵਿੱਚ ਜਿਹੜੀ ਆਪਦੀ ਮਾਂ ਹੁੰਦੀ ਹੈ ਉਸ ਨੂੰ ਛੱਡ ਕੇ ਜੇ ਆਪਾਂ ਹੋਰ ਕਿਸੇ ਨੂੰ ਮਾਂ ਕਹਿ ਰਹੇ ਹਾਂ ਤਾਂ ਉਹ ਕੋਈ ਸ਼ੋਭਾ ਦੀ ਗੱਲ ਨਹੀਂ ਹੁੰਦੀ। ਹਾਲਾਂਕਿ ਜਿਹੜੀ ਹਰ ਇੱਕ ਇਸਤਰੀ, ਹਰ ਇੱਕ ਭੈਣ ਇੱਕ ਮਾਂ ਦੇ ਬਰਾਬਰ ਆ, ਪਰ ਜਿਹੜੀ ਆਪਦੀ ਮਾਂ ਵਾ ਆਪਾਂ ਉਹਨੂੰ ਨਹੀਂ ਛੱਡ ਸਕਦੇ। ਉਸੇ ਤਰ੍ਹਾਂ ਵਾ ਵੀ ਜਿਹੜੀ ਬੋਲੀ ਹੈ ਜਾਂ ਭਾਸ਼ਾ ਉਹ ਹਰ ਇੱਕ ਸਿੱਖਣੀ ਬਹੁਤ ਜ਼ਰੂਰੀ ਆ, ਚਾਹੇ ਇੰਗਲਿਸ਼ ਹੋਵੇ ਚਾਹੇ ਹਿੰਦੀ ਹੋਵੇ, ਪਰ ਉੱਥੇ ਨਾਲ ਨਾਲ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਔਰ ਗੁਰਬਾਣੀ ਬਾਰੇ ਔਰ ਗੁਰਬਾਣੀ ਦੇ ਅਰਥਾਂ ਬਾਰੇ, ਕਿਉਂਕਿ ਜਿਹੜੀ ਇੱਕ ਭਾਸ਼ਾ ਹੈ ਉਹ ਆਪਣੇ ਆਪ ਵਿੱਚ ਸੰਪੂਰਨ ਹੁੰਦੀ ਹੈ, ਜਦੋਂ ਆਪਾਂ ਉਹਦਾ ਮੀਨਿੰਗ ਕਿਸੇ ਦੂਸਰੇ ਭਾਸ਼ਾ ਦੇ ਵਿੱਚੋਂ ਦੇਖਾਂਗੇ ਤਾਂ ਉਹ ਅਧੂਰਾ ਮੀਨਿੰਗ ਰਹਿ ਜਾਂਦਾ। ਉਸੇ ਤਰ੍ਹਾਂ ਵਾ ਜਿਵੇਂ ਆਮ ਠੇਠ ਪੰਜਾਬੀ ਦੇ ਬਹੁਤਾਤ ਸ਼ਬਦ ਨੇ, ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਵਾਟ ਲੱਗ ਗਈ, ਹੁਣ ਉਹਨੂੰ ਆਪਾਂ ਇੰਗਲਿਸ਼ ਵਿੱਚ ਕਿਵੇਂ ਸਮਝ ਪਾਵਾਂਗੇ? ਉਸੇ ਤਰ੍ਹਾਂ ਵਾ ਵੀ ਜਿਹੜੀ ਆਪਦੀ ਜਿਹੜੀ ਭਾਸ਼ਾ ਵਾ ਉਹਦਾ ਸਿੱਖਣਾ ਹਰ ਇੱਕ ਸਿੱਖ ਦੇ ਲਈ, ਪੰਜਾਬੀ ਦੇ ਲਈ ਬਹੁਤ ਲਾਜ਼ਮੀ ਹੈ। ਵੀਰ ਜੀ, ਮੇਰਾ ਅਗਲਾ ਸਵਾਲ ਇਹ ਹੈ ਕਿ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਲੜੀਵਾਰ ਸੰਥਿਆ ਦੇ ਵਿੱਚ ਅਸੀਂ ਵਿਚਾਰ ਕਰਾਂਗੇ, ਥੋੜ੍ਹਾ ਬਹੁਤ ਤੁਸੀਂ ਤੁਹਾਨੂੰ ਦੱਸ ਦਿਓ ਕਿ ਲੜੀਵਾਰ ਜਿਹੜਾ ਵਿਚਾਰ ਹੈ ਅਤੇ ਕੀ ਮੰਨੇ ਨੇ, ਕੀ ਮਤਲਬ ਹੈ? ਹਾਂਜੀ, ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਜਿਵੇਂ ਅਸੀਂ ਪਾਵਨ ਇਤਿਹਾਸ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਬਚਨ ਆਉਂਦੇ ਆ ਜਿਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਉਹਨਾਂ ਨੇ ਬਚਨ ਲਿਖੇ ਨੇ ਕਿ ਸਤਿਗੁਰਾਂ ਨੇ ਜਿਵੇਂ ਇਹ ਬਚਨ ਕੀਤੇ ਨੇ ਕਿ ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸੁੱਧ ਗੁਰ ਕੇਰੀ, ਕਿ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਉਸ ਨੂੰ ਗੁਰਸਿੱਖਾਂ ਦੇ ਪਾਸੋਂ ਉਸਤਾਦਾਂ ਦੇ ਕੋਲੋਂ ਸ਼ੁੱਧ ਕਰਕੇ ਪੜ੍ਹੋ। ਸ਼ੁੱਧ ਕਰਕੇ ਕਿਉਂ ਪੜ੍ਹਨੀ ਜ਼ਰੂਰੀ ਹੈ?
ਜਿਵੇਂ ਅਸੀਂ ਆਮ ਕਰਕੇ ਦੇਖਦੇ ਹਾਂ ਕਿ ਹਰ ਇੱਕ ਜਿਹੜਾ ਗਿਆਨ ਹੈ ਜਾਂ ਹਰ ਇੱਕ ਜਿਹੜੀ ਵਿੱਦਿਆ ਜਾਂ ਕੋਈ ਵੀ ਕਲਾ ਆਪਾਂ ਕਿਸੇ ਉਸਤਾਦ ਦੇ ਕੋਲੋਂ ਅਧਿਆਪਕ ਦੇ ਕੋਲੋਂ ਸਿੱਖਦੇ ਹਾਂ, ਉਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ ਜਿਸ ਨੂੰ ਆਪਾਂ ਬ੍ਰਹਮ ਵਿੱਦਿਆ ਆਖਦੇ ਹਾਂ, ਇਸ ਨੂੰ ਵੀ ਕਿਸੇ ਉਸਤਾਦ ਦੇ ਪਾਸੋਂ ਸਿੱਖਣ ਦੇ ਲਈ ਸਤਿਗੁਰੂ ਸਾਹਿਬਾਨ ਜੀ ਨੇ ਆਪਣੇ ਸਮੇਂ ਤੋਂ ਹੀ ਜੋ ਟਕਸਾਲਾਂ ਸੰਪਰਦਾਵਾਂ ਪ੍ਰਾਰੰਭ ਕੀਤੀਆਂ, ਜੋ ਸੀਨੇ ਬਸੀਨੇ ਸੰਤ ਮਹਾਂਪੁਰਖ ਗਿਆਨੀ ਸਿੰਘ ਉਸ ਨੂੰ ਚਲਾਉਂਦੇ ਆ ਰਹੇ ਨੇ, ਅਤੇ ਉਸੇ ਵਿੱਚ ਹੀ ਜਿਵੇਂ ਅਸੀਂ ਪੁਰਾਤਨ ਸਰੂਪ ਦੇਖਦੇ ਹਾਂ ਜਾਂ ਹੋਰ ਜਿਹੜੇ ਗ੍ਰੰਥ, ਉਹਨਾਂ ਨੂੰ ਲੜੀਵਾਰ ਲਿਖਿਆ ਜਾਂਦਾ ਸੀ। ਲੜੀਵਾਰ ਲਿਖਣ ਦਾ ਕਾਰਨ ਇਹ ਹੁੰਦਾ ਕਿ ਜਿਹੜੀ ਸਾਡੀ ਮਨ ਦੀ ਭਟਕਣਾ ਉਹ ਬਹੁਤਾਤ ਸੰਖਿਆ ਦੇ ਵਿੱਚ ਉਹਨੂੰ ਕੰਟਰੋਲ ਕਰਨ ਦੇ ਵਿੱਚ ਅਸਰਦਾਰ ਰਹਿੰਦੀ ਆ, ਜਿਹੜਾ ਲੜੀਵਾਰ ਸੰਖਿਆ। ਅਤੇ ਇਸ ਲਈ ਆ ਵੀ ਅੱਜ ਕੱਲ੍ਹ ਜਿਵੇਂ ਆਪਾਂ ਪਿੰਡਾਂ ਸ਼ਹਿਰਾਂ ਵਿੱਚ ਵੇਖਦੇ ਹਾਂ ਕਿ ਪਦਛੇਦ ਸਰੂਪ ਪ੍ਰਕਾਸ਼ ਕੀਤੇ ਜਾਂਦੇ ਆ, ਪਰ ਸਤਿਗੁਰਾਂ ਨੇ ਆਪਣੇ ਸਮੇਂ ਤੋਂ ਲੜੀਵਾਰ ਸਰੂਪ ਲਿਖੇ ਔਰ ਟਕਸਾਲਾਂ ਸੰਪਰਦਾ ਵਿੱਚ ਲੜੀਵਾਰ ਜਿਹੜੀ ਗੁਰਬਾਣੀ ਦੀ ਸੰਥਿਆ ਉਹ ਕਰੀ ਕਰਾਈ ਜਾਂਦੀ ਹੈ। ਅਤੇ ਜੀ ਜਿਹੜੀ ਤੁਸੀਂ ਸੇਵਾ ਨਿਭਾ ਰਹੇ ਹੋ, ਜਿਹੜੀ ਇਹ ਸੇਵਾ ਤੁਸੀਂ ਨਿਭਾ ਰਹੇ ਹੋ ਨਾਨਕ ਨਗਰ ਸੈਕਟਰ 14 ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਇਹ ਕਲਾਸਾਂ ਕਦੋਂ ਲੱਗਦੀਆਂ, ਤੁਹਾਡੇ ਕੋਲ ਕਿੰਨੇ ਕੁ ਬੱਚੇ ਨੇ ਜਿਹੜੇ ਤੁਹਾਡੇ ਕੋਲ ਪੰਜਾਬੀ ਸਿੱਖ ਰਹੇ ਨੇ? ਹਾਲ ਦੀ ਘੜੀ ਇਹ ਜਿਹੜਾ ਵਿਦਿਆਲਾ ਤਕਰੀਬਨ ਮਹੀਨਾ ਇਸ ਨੂੰ ਸ਼ੁਰੂ ਹੋਇਆ ਹੋ ਗਿਆ, ਅਤੇ ਇਸ ਦੇ ਵਿੱਚ ਜਿਹੜੇ ਪੜ੍ਹਨ ਵਾਲੇ ਵਿਦਿਆਰਥੀ ਨੇ ਤਕਰੀਬਨ 20 ਤੋਂ 25 ਵਿਦਿਆਰਥੀ ਆ ਰਹੇ ਨੇ, ਜਿਸ ਦੇ ਵਿੱਚ ਸਮੇਂ ਸਮੇਂ ਅਨੁਸਾਰ ਜਿਵੇਂ ਸਵੇਰੇ, ਦੁਪਹਿਰੇ ਔਰ ਸ਼ਾਮ ਨੂੰ ਜਿਹੜੀਆਂ ਕਲਾਸਾਂ ਨੇ ਉਹ ਲਗਾਈਆਂ ਜਾਂਦੀਆਂ ਨੇ, ਅਤੇ ਉਸ ਤੋਂ ਅੱਗੇ ਜਿਵੇਂ ਅੱਗੇ ਤੋਂ ਅੱਗੇ ਜਿਹੜੇ ਮਾਤਾ ਪਿਤਾ ਨੇ ਬੱਚੇ ਨੇ ਜਿਵੇਂ ਜਿਵੇਂ ਉਹਨਾਂ ਨੂੰ ਇਸ ਬਾਰੇ ਪਤਾ ਲੱਗ ਰਿਹਾ ਜਾਂ ਤੁਹਾਡੇ ਮਾਧਿਅਮ ਰਾਹੀਂ ਪਤਾ ਲੱਗੇਗਾ, ਅਤੇ ਜਿਵੇਂ ਉਹ ਸਾਡੇ ਤੱਕ ਪਹੁੰਚ ਕਰਨਗੇ ਉਸੇ ਪ੍ਰਕਾਰ ਜਿਵੇਂ ਅਕੋਰਡਿੰਗ ਟੂ ਸਿਚੁਏਸ਼ਨ ਜਿਹੜਾ ਵਾ ਉਹ ਸਮਾਂ ਜਿਹੜਾ ਵਾ ਉਹ ਨਿਰਧਾਰਿਤ ਕੀਤਾ ਜਾਊਗਾ। ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਬਹੁਤ ਸਾਰੀਆਂ ਕਲਾਸਾਂ ਵਾਂ ਅਗਰ ਗੱਲ ਕਰੀਏ ਤਾਂ ਇੱਕ ਨਿਸ਼ਾਨ ਇੱਕ ਝੰਡੇ ਦੀ ਗੱਲ ਹੈ, ਚਾਹੇ ਉਹ ਕੋਈ ਵੀ ਲਗਾ ਰਿਹਾ, ਚਾਹੇ ਅਸੀਂ ਟਕਸਾਲ ਦਮਦਮੀ ਟਕਸਾਲ ਦੀ ਗੱਲ ਕਰੀਏ, ਸਿੱਖ ਮਿਸ਼ਨਰੀ ਦੀ ਗੱਲ ਕਰੀਏ, ਸਾਰੇ ਹੀ ਵੀਰ ਆਪਣੀ ਸੇਵਾ ਨਿਭਾ ਰਹੇ ਨੇ। ਲੇਕਿਨ ਮੈਂ ਅੱਜ ਇਸ ਕਲਾਸ ਦੇ ਵਿੱਚ ਇੱਕ ਚੀਜ਼ ਨੋਟਿਸ ਕੀਤੀ, ਜਦੋਂ ਮੈਂ ਅੱਜ ਪੜ੍ਹਾ ਰਹੇ ਸੋ ਕਲਾਸ ਲੱਗੀ ਸੀ ਤਾਂ ਤੁਸੀਂ ਰਾਗਾਂ ਦੇ ਵਿੱਚ ਕੁਛ ਸਿਖਾ ਰਹੇ ਸੋ, ਉਹਦੇ ਬਾਰੇ ਥੋੜ੍ਹੀ ਜਾਣਕਾਰੀ ਮੈਂ ਜਾਣਨਾ ਚਾਹਾਂ। ਹਾਂਜੀ, ਉਹ ਜਿਹੜੀ ਚੀਜ਼ ਸੀ ਕਿ ਗੁਰਮੁਖੀ ਨੂੰ ਸ਼ੁੱਧ ਪੜ੍ਹਨ ਦਾ ਗਿਆਨ, ਉਸ ਦੇ ਵਿੱਚ ਇਹ ਆ ਕਿ ਜਿਵੇਂ ਆਮ ਚਾਹੇ ਉਹ ਪੰਜਾਬ ਦੇ ਵਿੱਚ ਰਹਿੰਦੇ ਜਿਹੜੇ ਗੁਰਸਿੱਖ ਨੇ, ਜਿਵੇਂ ਉਹ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਗੁਰਮੁਖੀ ਪੜ੍ਹਦੇ ਨੇ, ਪਰ ਆਮ ਕਰਕੇ ਜਿਵੇਂ ਨੰਗਾ ਸ਼ਬਦ ਹੈ, ਨੰਗੇ ਅੱਖਰ ਨੂੰ ਆਮ ਕਰਕੇ ਆਪਾਂ ਨਹੀਆਂ ਖਾਲੀ ਸਕੂਲਾਂ ਵਿੱਚ ਪੜ੍ਹਾਈ ਜਾਂਦੇ, ਉਹ ਨਹੀਆਂ ਖਾਲੀ ਕਰਦੇ ਕਰਦੇ ਇੰਨਾ ਕੁ ਖਾਲੀ ਕਰਤਾ ਕਿ ਉਹ ਆਪਾਂ ਨੂੰ ਬੋਲਣਾ ਨਹੀਂ ਆ ਰਿਹਾ। ਅਤੇ ਇਸ ਲਈ ਆ ਕਿ ਜਿਹੜਾ ਸੰਪਰਦਾ ਵਿੱਚ ਜਿਹੜਾ ਮੁੱਖ ਰੂਪ ਦੇ ਵਿੱਚ ਜਿਹੜੀ 35 ਅੱਖਰੀ ਆ, ਕਿਉਂਕਿ ਜਿਵੇਂ ਆਪਾਂ ਇੰਗਲਿਸ਼ ਵੇਖਦੇ ਹਾਂ, ਜੇ ਹੁਣ ਇੰਗਲਿਸ਼ ਦੇ ਵਿੱਚ ਕਿਸੇ ਨੂੰ ABC ਨਹੀਂ ਸਹੀ ਪੜ੍ਹਨੀ ਆਉਂਦੀ ਜਾਂ ਉਸ ਤੋਂ ਅੱਗੇ ਸੈਂਟੈਂਸ ਨਹੀਂ ਆਉਂਦੇ ਤਾਂ ਉਹ ਅੱਗੇ ਇੰਗਲਿਸ਼ ਕਿਵੇਂ ਸਿੱਖ ਸਕਦਾ? ਉਸੇ ਤਰ੍ਹਾਂ ਵਾ ਕਿ ਜਿਹੜਾ ਗੁਰਸਿੱਖ ਗੁਰਬਾਣੀ ਪੜ੍ਹਨਾ ਚਾਹੁੰਦਾ ਜਾਂ ਗੁਰ ਇਤਿਹਾਸ ਪੜ੍ਹਨਾ ਚਾਹੁੰਦਾ, ਉਸ ਨੂੰ ਗੁਰਮੁਖੀ ਦਾ ਜਿਹੜਾ ਸ਼ੁੱਧ ਉਚਾਰਨ ਉਹ ਹੋਣਾ ਬਹੁਤ ਲਾਜ਼ਮੀ ਹੈ। ਅਤੇ ਵੀਰ ਜੀ, ਮੈਂ ਆਖਰੀ ਸਵਾਲ ਪੁੱਛਣਾ ਚਾਹਾਂਗਾ ਕਿ ਸਾਡੇ ਦਰਸ਼ਕਾਂ ਨੂੰ, ਮਾਤਾ ਪਿਤਾ ਨੂੰ ਖਾਸ ਕਰ ਤੁਸੀਂ ਕੀ ਸੰਦੇਸ਼, ਕੀ ਮੈਸੇਜ ਦੇਣਾ ਚਾਹੋਗੇ? ਅੱਜ ਦੇ ਸਮੇਂ ਦੇ ਵਿੱਚ ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਉੱਚ ਕੋਟੀ ਦੀ ਵਿੱਦਿਆ ਦੇਣ ਦੇ ਲਈ ਬਹੁਤ ਪੈਸਾ ਖਰਚ ਕਰਦੇ ਹਾਂ, ਸਮਾਂ ਲਾਉਂਦੇ ਹਾਂ ਔਰ ਹਰ ਪ੍ਰਕਾਰ ਕਰਕੇ ਫੋਰਸ ਕਰਦੇ ਹਾਂ, ਉਸੇ ਤਰ੍ਹਾਂ ਹੀ ਜਿਹੜੀ ਆਪਣੀ ਹੋਂਦ ਹੈ ਉਸ ਨੂੰ ਬਚਾਉਣ ਦੇ ਲਈ ਜਿਹੜੀ ਗੁਰਬਾਣੀ ਔਰ ਗੁਰ ਇਤਿਹਾਸ ਹੈ ਉਸ ਵੱਲ ਪੜ੍ਹਨ ਦੇ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ, ਜਿਸ ਦੇ ਨਾਲ ਸਾਡੀ ਜਿਹੜੀ ਹੋਂਦ ਹੈ ਉਹ ਕਾਇਮ ਰਹਿ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਨਾਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਲਾਸਟ ਦੇ ਵਿੱਚ ਅਸੀਂ ਅੱਜ ਪੂਰੀ ਗੱਲਬਾਤ ਕੀਤੀ ਹੈ ਪੰਜਾਬੀ ਮਾਂ ਬੋਲੀ ਬਾਰੇ, ਸਾਡਾ ਜਿਹੜਾ ਲੜੀਵਾਰ ਸੰਥਿਆ ਦਾ ਇੱਕ ਟੋਪਿਕ ਸੀ, ਅਤੇ ਉਸ ਤੋਂ ਇਲਾਵਾ ਤੁਸੀਂ ਹੋਰ ਵੀ ਬੜਾ ਕੁਝ ਦੱਸਿਆ, ਕਾਫੀ ਸਾਰੀ ਜਾਣਕਾਰੀ ਤੁਹਾਡੇ ਕੋਲੋਂ ਮਿਲੀ ਸੀ, ਉਹ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਲੇਕਿਨ ਵੀਰ ਜੀ, ਤੁਹਾਡੇ ਬਾਰੇ ਵੀ ਥੋੜ੍ਹਾ ਬਹੁਤ ਜਾਣਨਾ ਚਾਹਾਂਗੇ, ਤੁਸੀਂ ਕਿੰਨੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਅਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ, ਕਿਉਂਕਿ ਤੁਸੀਂ ਇੱਥੇ ਆ ਕੇ ਦੂਰ ਤੋਂ ਸੇਵਾ ਨਿਭਾ ਰਹੇ ਹੋ? ਹਾਂਜੀ, ਮੈਂ ਦਾਸ ਪੰਜਾਬ ਤੋਂ ਬਿਲੋਂਗ ਕਰਦਾ, ਅਤੇ ਦਾਸ ਨੇ ਤਕਰੀਬਨ ਪਿਛਲੇ 9 ਸਾਲਾਂ ਤੋਂ ਵਿੱਦਿਆ ਪੜ੍ਹਨ ਪੜ੍ਹਾਉਣ ਦੇ ਵਿੱਚ ਦਾਸ ਦੀ ਸੇਵਾ, ਅਤੇ ਇਸ ਤੋਂ ਪਹਿਲਾਂ ਦਾਸ ਜੋ ਔਨਲਾਈਨ ਵਿੱਦਿਆ ਵਾ ਉਹ ਵੀ ਗੁਰਸਿੱਖਾਂ ਨੂੰ ਪੜ੍ਹਾ ਰਿਹਾ, ਜੋ ਆਦਿ ਸੰਥਿਆ ਔਨਲਾਈਨ ਅਕੈਡਮੀ ਦਾਸ ਨੇ ਔਨਲਾਈਨ ਖੋਲ੍ਹੀ ਹੋਈ ਹੈ, ਉਸ ਮਾਧਿਅਮ ਦੇ ਰਾਹੀਂ ਵੀ ਤਕਰੀਬਨ 100-150 ਜਿਹੜੇ ਵਿਦਿਆਰਥੀ ਨੇ ਉਹ ਘਰਾਂ ਦੇ ਵਿੱਚ ਬੈਠੇ ਹੋਏ, ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਇਹ ਜਿਹੜੀ ਬ੍ਰਹਮ ਵਿੱਦਿਆ ਹੈ, ਚਾਹੇ ਉਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਹੋਵੇ, ਸ਼੍ਰੀ ਦਸਮ ਗ੍ਰੰਥ ਦੀ ਸੰਥਿਆ ਹੋਵੇ, ਔਰ ਇਸੇ ਪ੍ਰਕਾਰ ਜਿਹੜੇ ਸਾਡੇ ਇਤਿਹਾਸਕ ਗ੍ਰੰਥ ਨੇ ਔਰ ਜਿਹੜੇ ਕਥਾ ਵਾਲੇ ਗ੍ਰੰਥ ਨੇ ਉਹਨਾਂ ਨੂੰ
पढ़ पढ़ा रहे हैं। बहुत बहुत धन्यवाद जी वीर जी आपका। दर्शकों तुहानू दस दिए इस वक्त साढ़े विच अज ज्ञानी सुखचैन सिंह जी दमदमी टकसाल वाले जिहड़े काफ़ी समय तो सेवा निभा रहे हैं, चाहे असी ऑनलाइन करिए चाहे असी गुरमुखी पंजाबी गल करिए पंजाबी बच्चों नू पढ़ा रहे हैं, तो असं वाहिगुरू अगे अरदास करा कि इस तरह सेवा करते रहन और सेवा निभाते रहन, ताकि बाकी असं दर्शकों यह भी दस दिए कि जिहड़े भी बच्चे नानक नगर के जिन्हों नहीं पता कि काफ़ी महीने तो क्लासा शुरू हो चुकिया ने नानक नगर सैक्टर 14 के आकर संपर्क कर सकते हैं, इतने आके वो वीर जी को पंजाबी माँ बोली सीख सकते हैं। फिलहाल मैं दियो इजाजत, देखते रहो खालसा एक्सप्रैस लाइव, फिर तुहाडे नाल जुड़ांगे। वाहिगुरू जी का खालसा, वाहिगुरू जी की फतेह।